ਬਿਗ ਬੌਸ 14 ਵਿੱਚ ਦੋਸਤ ਬਣਨ ਵਾਲੀ ਦੁਸ਼ਮਣ ਰਬੀਨਾ ਦੀ ਲਾਕ ਅਤੇ ਜੈਸਮਿਨ ਪੀਸਨ ਵਿਚਕਾਰ ਨਫ਼ਰਤਵਾਦੀ ਜਾ ਰਹੀ ਹੈ ਜੈਸਮਿਨ ਅਲੀ ਗੋਨੀ ਦੇ ਸੰਪਰਕ ਵਜੋਂ ਘਰ ਵਿੱਚ ਵਾਪਸ ਪਰਤ ਆਈ ਹੈ ਜੈਸਮਿਨ ਘਰ ਵਿੱਚ ਆ ਕੇ ਰਬੀਨਾ ਨੂੰ ਕਈ ਵਾਰ ਨਕਾਰਾਤਮਕ ਬੋਲਦੀ ਵੇਖੀ ਗਈ ਹੈ ਹਾਲਾਂਕਿ ਰਬੀਨਾ ਉਸ ਕੋਲ ਬੈਠ ਕੇ ਤੇ ਲੜਾਈ ਨੂੰ ਸੁਲਝਾਉਣਾ ਚਾਹਿਆ ਪਰ ਇੰਜ ਲੱਗਦਾ ਹੈ ਕਿ ਦੋਵਾਂ ਵਿੱਚ ਨਫ਼ਰਤ ਸ਼ੋਅ ਦੇ ਅਖੀਰ ਤੱਕ ਖਤਮ ਨਹੀਂ ਹੋ ਰਹੀ ਬਿਗ ਬਾਸ ਦੇ ਐਪੀਸੋਡ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਜਿਸ ਵਿੱਚ ਅਲੀਗੋਨੀ ਨੂੰ ਲੈ ਕੇ ਰੁਬੀਨਾ ਅਤੇ ਜੈਸਮਿਨ ਵਿੱਚ ਲੜਾਈ ਦੇਖਣ ਨੂੰ ਮਿਲੀ ਨਾਲ ਹੀ ਉਹਨਾਂ ਇੱਕ ਨੇ ਇੱਕ ਦੂਜੇ ਦੇ ਨਿੱਜੀ ਰਿਸ਼ਤੇ ਤੇ ਵੀ ਟਿੱਪਣੀ ਕੀਤੀ ਕਲਰਸ ਨੇ ਆਪਣੇ ਇੰਸਟਾਗ੍ਰam ਪੇਜ ਤੇ ਆਪਣਾ ਇੱਕ ਐਪੀਸੋਡ ਦਾ ਪ੍ਰੋਮੋ ਸਾਂਝਾ ਕੀਤਾ ਜਿਸ ਵਿੱਚ ਅਲੀਗੋਨੀ ਗੁੱਸੇ ਵਿੱਚ ਦਿਖਾਈ ਦਿੱਤੇ ਤੇ ਬੋਲ ਰਏ ਸਨ ਚਾਰ ਲੋਕਾਂ ਨੇ ਇੱਥੇ ਸਭ ਦੀ ਮਦਦ ਕੀਤੀ ਮੈਂ ਇਕੱਲਾ ਹਾਂ ਜੇ ਮੈਂ ਹਾਰ ਜਾਂਦਾ ਹਾਂ ਤਾਂ ਕੰਮ ਨੂੰ ਰੱਦ ਕਰਾਂਗਾ ਜੇ ਮੈਂ ਨਹੀਂ ਜਾਂਦਾ ਤਾਂ ਕੋਈ ਵੀ ਫਾਈਨਲ ਨਹੀਂ ਜਾਵੇਗਾ ਰੁਬੀਨਾ ਨੇ ਇਸ ਦਾ ਇਤਰਾਜ਼ ਕੀਤਾ ਤੇ ਜਦੋਂ ਉਹ ਬੋਲਣ ਲੱਗੀ ਤਾਂ ਜੈਸਮੀਨ ਵਿਚਕਾਰ ਆ ਗਈ ਤੇ ਬੋਲਣ ਲੱਗੀ ਜੈਸਮੀਨ ਦੇ ਸ਼ਬਦ ਸੁਣ ਕੇ ਰੁਬੀਨਾ ਖਿੱਚ ਗਈ ਤੇ ਅਲੀ ਗੋਨੀ ਉੱਤੇ ਆਪਣੇ ਨਕਾਰਾਤਮਕਤਾ ਖੋਥੋ ਬਿਟੀ ਜਿਸ ਦਾ ਜਵਾਬ ਜੈਸਮੀਨ ਨੇ ਦਿੱਤਾ ਤੁਹਾਨੂੰ ਅਲੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਆਪਣੇ ਪਤੀ ਦੀ ਚਿੰਤਾ ਕਰਨੀ ਚਾਹੀਦੀ ਹੈ ਰੁਬੀਨਾ ਨੇ ਜੈਸਮੀਨ ਨੂੰ ਬਦਸਲੂਕੀ ਕਰਦੇ ਕਿਹਾ ਚੁੱਪ ਹੋ ਜਾਓ ਤੇ ਸਮਾਨ ਨਾ ਸੁੱਟੋ ਇਸ ਤੋਂ ਬਾਅਦ ਰੁਬੀਨਾ ਦੀ ਭੈਣ ਜੋਤਿਕਾ ਵੀ ਦੋਵਾਂ ਦਲੇਲਾ ਵਿੱਚ ਬੋਲਣ ਲੱਗੀ ਅਤੇ ਜੈਸਮੀਨ ਉਸ ਨਾਲ ਵੀ ਬਹਿਸ ਕਰਨ ਲੱਗੀ ਮੈਂ ਆਪਣੇ ਇਹ మోਡਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹਨਾਂ ਔਖਾ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਸ਼ੀਰ ਲਿਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ మోਡੇ ਵੀ ਓਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਚ ਬੇਚ ਦੇਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ ਫੀਰ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ ਤਿੰਨ ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿੰਨਾ ਕੀ ਤਿਆਸੀ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਆ ਕਿਤੀ ਸੋਸਾਇਟੀ ਜਿ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੰਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਛੁਣ ਬੜਾ ਹੀ ਕੰਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲਿਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਔਖਾ ਹੈ ਸੀ ਮੈਂ 10 ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਰੀਲੀਫ ਮਿਲਿਆ ਹੈ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇ ਵਿਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀਰ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕੀ ਤੀਅਸੀ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਆ ਕਿ ਤੁਸੀਂ ਸੋਸਾਇਟੀ ਜਿ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਛੋਂ ਬੜਾ ਹੀ ਕੌਨਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਵਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ